वारिस पंजाब दे मुखी ते पंजाब दे नौजवानां दे दिल दी धड़कन दीप सिद्धू जिन्हां दी इक रोड एक्सीडेंट विच मौत हो गई सी उन्हां दी पहली बरसी नूं लै के अज ओ वारिस पंजाब दे मुखी भाई अमृतपाल सिंह अज सचखंड श्री दरबार साहिब श्री अकाल तख्त साहिब दीप सिद्धू दी पहली बरसी दे मौके अरदास करन पहुंचे। उत्थे ही भाई अमृतपाल सिंह ने कहा कि दीप सिद्धू दी मौत नूं असी इक साजिश मन्निया अते पंजाब नूं बहुत वड्डा घाटा दीप सिद्धू दी मौत तों बाद होया सी। इस दौरान उन्होंने बोलते हुए कहा कि बंदी सिंघां दी रिहाई नूं लै के केंद्र सरकार हमेशा ही पंजाब दे नाल मतरेई मां वाला सलूक करदी है अते हमेशा ही सिख कौम नूं दबाउण दी कोशिश कीती जांदी है। ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਦੇ ਲਈ ਹੋ ਗਿਆ ਜੇ ਭਾਈ ਦੀਪ ਸਿੰਘ ਦੀਪ ਸਿੱਧੂ ਹੋਣਾ ਜਿਹੜਾ ਜਿਹੜੀ ਹੈ ਬਰਸੀ ਤੇ ਅਰਦਾਸ ਕਰਨੀ ਹੈ ਕੀ ਕੀ ਕਹਿਣਾ ਚਾਹੁੰਦੇ ਹੋ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਸ਼ਹੀਦ ਭਾਈ ਸੰਦੀਪ ਸਿੰਘ ਦੀਪ ਸਿੱਧੂ ਉਹਨਾਂ ਦੀ ਪਹਿਲੀ ਬਰਸੀ ਹੈ, ਪਹਿਲਾ ਸ਼ਹੀਦੀ ਜਿਹੜਾ ਸਾਲ ਹੋ ਗਿਆ ਇਸ ਗੱਲ ਨੂੰ। ਇੱਕ ਸਾਲ ਪਹਿਲਾਂ ਹਿੰਦੁਸਤਾਨ ਦੀ ਹਕੂਮਤ ਨੇ ਬੜੇ ਸ਼ਾਦਸ਼ਾਨਾ ਤਰੀਕੇ ਦੇ ਨਾਲ ਉਹਨਾਂ ਨੂੰ ਕੌਮ ਦੇ ਹੱਥ ਖੋਇਆ। ਸੋ ਅੱਜ ਪਹਿਲੀ ਬਰਸੀ ਦੇ ਉੱਤੇ ਅਸੀਂ ਅਕਾਲ ਤਖਤ ਸਾਹਿਬ ਦੇ ਉੱਤੇ ਆਏ ਹਾਂ ਅਰਦਾਸ ਬੇਨਤੀ ਕਰਨ, ਅਤੇ ਅਰਦਾਸ ਬੇਨਤੀ 'ਚ ਇੱਕ ਤਾਂ ਉਹਨਾਂ ਨੂੰ ਯਾਦ ਕਰਨ ਆਏ ਹਾਂ, ਦੂਜਾ ਉਹਨਾਂ ਦਾ ਜਿਹੜਾ ਸੁਪਨਾ ਹੈ ਕੌਮੀ ਆਜ਼ਾਦੀ ਦਾ, ਕੌਮੀ ਘਰ ਦੇ ਸੰਘਰਸ਼ ਦਾ, ਕੌਮ ਦੀ ਚੜ੍ਹਦੀ ਕਲਾ ਦਾ, ਉਹਦੀ ਅਰਦਾਸ ਬੇਨਤੀ ਕਰਨਾ ਹੈ ਵੀ ਜਿਹੜੇ ਨਕਸ਼ੇ ਕਦਮ ਉਹਨਾਂ ਨੇ ਸਾਨੂੰ ਦੱਸੇ ਆ ਸਾਨੂੰ ਸਤਿਗੁਰੂ ਸੱਚੇ ਪਾਤਸ਼ਾਹ ਬਲ ਬਖਸ਼ਣ ਅਤੇ ਅਸੀਂ ਉਹਨਾਂ 'ਤੇ ਚੱਲ ਸਕੀਏ। ਹਾਂਜੀ, ਇੱਕ ਬੰਦੀ ਸਿੰਘਾਂ ਨੂੰ ਰਿਹਾ ਨੂੰ ਲੈ ਕੇ ਕਾਫੀ ਮੋਰਚਾ ਲੱਗਾ। ਦੇਖੋ, ਮੋਰਚਾ ਲੱਗੇ ਨੂੰ ਕਾਫੀ ਸਮਾਂ ਹੋ ਗਿਆ, ਅਸੀਂ ਉੱਥੇ ਇੱਕ ਵਾਰੀ ਹਾਜ਼ਰੀ ਭਰੀ ਹੈ, ਦੁਬਾਰਾ ਅਸੀਂ ਫਿਰ ਛੇਤੀ ਜਾਵਾਂਗੇ। ਮਾਲਕ ਸਾਡੀ ਜਥੇਬੰਦੀ ਦੇ ਸਿੰਘ ਉੱਥੇ ਬੈਠੇ ਹੋਏ ਨੇ ਪੱਕੇ ਹੀ, ਉਹਦੇ ਤੰਬੂ ਵੀ ਲੱਗੇ ਹੋਏ ਨੇ ਜਥੇਬੰਦੀ ਦੇ। ਮੋਰਚੇ ਨੂੰ ਪੂਰਨ ਤੌਰ 'ਤੇ ਹਮਾਇਤ ਹੈ। ਬੰਦੀ ਸਿੰਘਾਂ ਦਾ ਮਸਲਾ ਇੱਦਾਂ ਦਾ ਵੀ ਮੈਨੂੰ ਐਂ ਲੱਗਦਾ ਵੀ ਇਹਦੇ 'ਤੇ ਨਾ ਸਾਨੂੰ ਇਹ ਸਵਾਲ ਕਰਨਾ ਬੰਦ ਕਰ ਦੇਣਾ ਚਾਹੀਦਾ ਵੀ ਕੀ ਇਹ ਸਹੀ ਹੈ ਜਾਂ ਗਲਤ ਹੈ। ਮਨੁੱਖੀ ਅਧਿਕਾਰ ਦਾ ਮਸਲਾ ਦੇਖ ਲਈਏ ਜਾਂ ਸਿੱਖਾਂ ਦੇ ਉੱਤੇ ਹੋਏ ਜ਼ੁਲਮ ਦਾ ਮਸਲਾ ਦੇਖ ਲਈਏ, ਹਿੰਦੁਸਤਾਨ ਦੇ ਵਿੱਚ ਸਿੱਖਾਂ ਨੂੰ ਬਹੁਤ ਦਬਾਇਆ ਜਾ ਰਿਹਾ। ਹਿੰਦੁਸਤਾਨ ਦੀ ਹਕੂਮਤ ਜੇ ਚਾਹੁੰਦੀ ਆ ਵੀ ਸਿੱਖ ਇੱਕ ਪਾਸੇ, ਉਹ ਕਹਿੰਦੇ ਤੁਸੀਂ ਬਰਾਬਰ ਦੇ ਸ਼ਹਿਰੀ ਜੋ, ਜੇ ਬਰਾਬਰ ਦੇ ਸ਼ਹਿਰੀ ਮੰਨਦੇ ਫਿਰ ਤਾਂ ਸਿੱਖਾਂ ਨੂੰ ਇਨਸਾਫ ਦੇਣਾ ਚਾਹੀਦਾ, ਜੇ ਨਹੀਂ ਦਿੰਦੇ ਤਾਂ ਫਿਰ ਸਿੱਖ ਆਪਣਾ ਤਰੀਕਾ ਅਖਤਿਆਰ ਕਰਨਗੇ ਕੋਈ ਨਾ ਕੋਈ। ਭਾਈ ਸਾਹਿਬ ਜੀ, ਇੱਕ ਤੁਹਾਡੇ ਪਿੰਡੋਂ ਵੀ ਸਿੰਘ ਨੇ ਜਿਹੜੇ ਪਰੋਲ ਤੇ ਬਾਹਰ ਆਏ ਨੇ ਗੁਰਪ੍ਰੀਤ ਖਹਿਰਾ ਜੀ, ਤੇ ਉਹ ਕਹਿੰਦੇ ਜੀ ਮੈਨੂੰ ਹਜੇ ਤੱਕ ਕੋਈ ਵੀ ਮਿਲਣ ਨਹੀਂ ਆਇਆ, ਇੱਦਾਂ ਮੋਰਚੇ ਲੱਗ ਰਹੇ ਨੇ। ਪਰ ਮੈਂ ਤੁਹਾਨੂੰ ਇੱਕ ਬੇਨਤੀ ਕਰਦਾ, ਜਿਹੜੇ ਪਰੋਲ ਤੇ ਸਿੰਘ ਆਉਂਦੇ ਆ ਨਾ, ਮੈਂ ਉਹਨਾਂ ਨੂੰ ਪਹਿਲਾਂ ਮਿਲਿਆ ਸੀ ਜਦੋਂ ਉਹ ਪਹਿਲੀ ਵਾਰ ਪਰੋਲ ਤੇ ਆਏ ਸੀ ਨਾ, ਮੈਂ ਉਹਨਾਂ ਦੇ ਘਰ ਗਿਆ ਸੀ, ਫੋਟੋ ਵੀ ਖਿੱਚੀ ਸੀ, ਉਹਨਾਂ ਬੇਨਤੀ ਕੀਤੀ ਫੋਟੋ ਪਾਇਓ ਨਾ, ਉਹਨਾਂ ਨੇ ਆਪ ਬੇਨਤੀ ਕੀਤੀ ਵੀ ਤਸਵੀਰ ਨਾ ਪਾਇਓ, ਉਹਨਾਂ ਸਾਡੀ ਪਰੋਲ 'ਤੇ ਫਰਕ ਪੈਂਦਾ ਸਾਡੇ ਨਾਲ, ਮੇਰੇ ਨਾਲ ਤਸਵੀਰ ਪਾਉਣ ਦਿਆਂ। ਹੁਣ ਮੇਰੇ ਪਰਿਵਾਰ ਵਾਲੇ ਜਾ ਕੇ ਮਿਲ ਕੇ ਆਏ, ਇੱਕ ਪਾਸੇ ਆਪਾਂ ਜਦੋਂ ਘਰ ਗਿਆ ਨੂੰ ਇਹ ਕਹੀਏ ਵੀ ਫਰਕ ਪੈਂਦਾ, ਦੂਜੇ ਪਾਸੇ ਅਸੀਂ ਦਿਖਾਵਾ ਕਰਨ ਵਾਲੇ ਦੇ ਬੰਦੇ ਨਹੀਂ, ਫੋਟੋ ਤਾਂ ਅੱਜ ਵੀ ਪਾ ਸਕਦੇ ਹਾਂ, ਕੋਲ ਵੀ ਪਈ ਹੈ। ਪਰ ਮੈਂ ਚਾਹੁੰਦਾ ਵੀ ਉਹਨਾਂ ਨੂੰ ਵੀ ਸੋਚ ਸਮਝ ਕੇ ਇਹਨਾਂ ਚੀਜ਼ਾਂ 'ਤੇ ਬਿਆਨਬਾਜ਼ੀ ਕਰਨੀ ਚਾਹੀਦੀ ਹੈ ਵੀ ਆਪਾਂ, ਕਿਉਂਕਿ ਮੈਂ ਨਹੀਂ ਚਾਹੁੰਦਾ ਵੀ ਮੇਰੇ ਨਾਲ ਨਾ ਜੁੜ ਕੇ ਉਹਨਾਂ ਦੀ ਜਿਹੜੀ ਪਰੋਲ ਹੈ ਉਹ ਕੋਈ ਬਾਅਦ 'ਚ ਉਹਨਾਂ 'ਤੇ ਤੰਗੀ ਆਵੇ ਅਤੇ ਬਾਅਦ 'ਚ ਮੇਰੇ 'ਤੇ ਇਲਜ਼ਾਮ ਲੱਗੇ ਵੀ ਤੁਸੀਂ ਤੁਹਾਡਾ ਕਰਕੇ ਤੁਹਾਡੇ ਪਿੰਡ ਦਾ ਹੋਣ ਕਰਕੇ, ਕਿਉਂਕਿ ਸਾਨੂੰ ਉਹਨਾਂ ਸਪਸ਼ਟ ਕਿਹਾ ਸੀ ਵੀ ਤੁਹਾਡੇ ਇਸ ਪਿੰਡ ਤੋਂ ਹੋਣ ਕਰਕੇ ਸਾਨੂੰ ਤੰਗੀ ਆ ਰਹੀ ਹੈ ਵੀ ਸਾਨੂੰ ਜਿਹੜੀ ਏਜੰਸੀਆਂ ਪੁੱਛਗਿੱਛ ਕਰ ਰਹੀਆਂ ਨੇ। ਸੋ ਮੇਰੇ ਖਿਆਲ ਦੇ ਨਾਲ ਅਸੀਂ ਇਸ ਚੀਜ਼ ਦਾ ਖਿਆਲ ਰੱਖਦੇ ਹਾਂ ਵੀ ਇੱਕ ਫੋਟੋ ਦੀ ਖਾਤਰ ਜਾਂ ਲੋਕਾਂ ਨੂੰ ਦਿਖਾਉਣ ਦੀ ਖਾਤਰ ਜੇ ਕਿਸੇ ਦੀ ਪਰੋਲ 'ਚ ਤੰਗੀ ਆ ਗਈ ਤਾਂ ਫਿਰ ਕੀ ਫਾਇਦਾ ਸਾਡੇ ਫੜਕ 'ਚ ਆਉਣ ਦਾ? ਸਰਕਾਰਾਂ ਦੀ ਮਨਸ਼ਾ ਦੇਖੋ ਸਿੱਖਾਂ ਦੇ ਪ੍ਰਤੀ ਜਾ ਰਹੀ ਹੈ, ਸਿੱਖਾਂ ਨੂੰ ਗੁਲਾਮ ਬਣਾ ਕੇ ਰੱਖਣ ਦੀ ਹੈ, ਸਿੱਖਾਂ ਨੂੰ ਵਾਰ ਵਾਰ ਇਹ ਅਹਿਸਾਸ ਕਰਾਉਣ ਦੀ ਵੀ ਸਿੱਖ ਬਰਾਬਰ ਦੇ ਸ਼ਹਿਰੀ ਨਹੀਂ, ਅਤੇ ਬਾਅਦ 'ਚ ਜਦੋਂ ਸਿੱਖ ਆਪਣੇ ਅਕਾਲੀ ਆਪ ਸੰਘਰਸ਼ ਕਰਦੇ ਆ ਉਦੋਂ ਸਿੱਖਾਂ ਨੂੰ ਫਿਰ ਅੱਤਵਾਦੀ ਗਰਮ ਖਿਆਲੀ ਦੇ ਕਈ ਇਹੋ ਜਿਹੇ ਟੈਕਸ ਕਰਦੇ। ਏਜੰਸੀਆਂ ਦੀ ਗੱਲ ਕਰੀਏ ਤਾਂ ਗਰਮ ਖਿਆਲੀਆਂ ਨੂੰ ਲੈ ਕੇ ਕੇਂਦਰ ਸਰਕਾਰ ਨੇ ਵੀ ਟਿੱਪਣੀ ਕੀਤੀ ਹੈ, ਕਹਿੰਦੀ ਵੀ ਜਦੋਂ ਤੱਕ ਅਸੀਂ ਹੋਰ ਏਜੰਸੀਆਂ ਨਾਲ ਟਾਈ ਅਪ ਕਰਕੇ ਜਿਹੜੇ ਗਰਮ ਖਿਆਲੀ ਜਾਂ ਖਾਲੀ ਸਨ ਉਹਨਾਂ ਨੂੰ ਉੱਥੇ ਰੋਕਾਂਗੇ, ਨੱਪਾਂਗੇ, ਅੱਗੇ ਨਹੀਂ ਵਧਣ ਦਿੱਤਾ ਜਾਵੇ, ਕਿਵੇਂ ਦੇਖਦੇ? ਨਹੀਂ ਦੇਖੋ, ਜੇ ਤੇ ਹਿੰਦੁਸਤਾਨ ਦੀ ਹਕੂਮਤ ਸੈਕੂਲਰ ਹਕੂਮਤ ਹੈ ਔਰ ਹਿੰਦੁਸਤਾਨ ਦੀ ਹਕੂਮਤ ਇਹ ਚਾਹੁੰਦੀ ਹੈ ਵੀ ਸਾਰਿਆਂ ਨੂੰ ਆਜ਼ਾਦੀ ਦੀ ਗੱਲ ਹੋਵੇ, ਤੁਸੀਂ ਦੱਸੋ ਮੈਨੂੰ ਦੇਸ਼ ਦੇ ਗ੍ਰਹਿ ਮੰਤਰੀ ਨੇ ਪ੍ਰਧਾਨ ਮੰਤਰੀ ਨੇ ਕਦੇ ਅੱਜ ਤੱਕ ਇਹ ਕਿਹਾ ਵੀ ਅਸੀਂ ਹਿੰਦੂ ਰਾਸ਼ਟਰ ਵਾਲਿਆਂ ਨੂੰ ਨੱਪਾਂਗੇ ਉੱਥੇ ਗੱਲ ਵਧਣ ਨਹੀਂ ਦੇਵਾਂਗੇ? ਫਿਰ ਇਹਦਾ ਮਤਲਬ ਇਹ ਵੀ ਫਰਕ ਹੈ ਨਾ, ਸਿੱਖਾਂ ਦੀ ਆਪਣੀ ਇੰਸਪੀਰੇਸ਼ਨ ਅਤੇ ਹਿੰਦੂਆਂ ਦੀ ਇੰਸਪੀਰੇਸ਼ਨ 'ਚ ਫਰਕ ਹੈ, ਸਿੱਖ ਨਹੀਂ ਕਰ ਸਕਦੇ, ਹਿੰਦੂ ਆਪਣਾ ਇੱਕ ਸੁਪਨਾ ਲੈ ਸਕਦੇ। ਸੋ ਮੈਨੂੰ ਇਹ ਲੱਗਦਾ ਵੀ ਨੱਪਿਆਂ ਕੁਛ ਨਹੀਂ ਨੱਪਿਆ ਜਾਂਦਾ ਹੁੰਦਾ, ਇੰਦਰਾ ਗਾਂਧੀ ਨੂੰ ਨੱਪ ਕੇ ਦੇਖ ਲਿਆ ਸੀ ਕੀ ਨਤੀਜਾ ਨਿਕਲਿਆ, ਇਹ ਵੀ ਕਰਕੇ ਵੇਖ ਲੈਣ, ਫਿਰ ਉਹ ਚਾਹ ਪੂਰਾ ਕਰਨ ਵਾਲੀ ਗੱਲ ਹੈ ਕਰ ਲੈਣਾ, ਅਸੀਂ ਤਾਂ ਸੀਸ ਤਲੀ ਨੂੰ ਧਰ ਕੇ ਤੁਰੇ ਹਾਂ, ਸਾਨੂੰ ਜੇ ਮੌਤ ਦਾ ਭੈ ਹੋਵੇ ਤਾਂ ਅਸੀਂ ਇਹਨਾਂ ਰਾਹਾਂ 'ਤੇ ਤੁਰੀਏ ਹੀ ਨਾ, ਜਿਹੜਾ ਗ੍ਰਹਿ ਮੰਤਰੀ ਉਹ ਆਪਣਾ ਚਾਹ ਪੂਰਾ ਕਰਕੇ ਵੇਖ। ਪਰ ਭਾਈ ਸਾਹਿਬ ਜੀ, ਹਰ ਵਾਰੀ ਕੇਂਦਰ ਹੀ ਕਿਉਂ ਪੰਜਾਬ ਨਾਲ ਇੱਦਾਂ ਕਰਦਾ, ਕਿਉਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਇੰਨੀ ਦੇਰ ਦਾ ਮੁੱਦਾ ਪੱਖਿਆ ਆਇਆ ਪਰ ਹਜੇ ਤੱਕ ਕਿਉਂ ਨਹੀਂ ਸੁਣਵਾਈ ਕਰਦਾ? ਹਰ ਵਾਰੀ ਇੱਦਾਂ, ਦੇਖੋ, ਗੁਰੂ ਨਾਨਕ ਦੇ ਘਰ ਨਾਲ ਵੈਰ ਹੈ, ਜਿਸ ਘਰ 'ਚ ਆਪਾਂ ਖੜੇ ਹਾਂ ਨਾ ਗੁਰੂ ਰਾਮਦਾਸ ਪਾਤਸ਼ਾਹ, ਇਸ ਘਰ ਨਾਲ ਵੈਰ ਹੈ, ਇਸ ਘਰ ਨੇ ਇੱਥੇ ਦਾ ਜਾਤ ਪਾਤੀ ਢਾਂਚਾ ਹਿਲਾ ਦਿੱਤਾ, ਉਹਨੂੰ ਖਤਮ ਕੀਤਾ, ਇਸ ਘਰ ਨੇ ਗਰੀਬਾਂ ਨੂੰ ਰਾਜ ਬਖਸ਼ਿਆ, ਇਸ ਘਰ ਨੇ ਨਿਮਾਣਿਆਂ ਨੂੰ ਮਾਣ ਨਿਤਾਣਿਆਂ ਨੂੰ ਤਾਣ ਬਖਸ਼ਿਆ, ਇਸ ਘਰ ਨਾਲ ਹਿੰਦੁਸਤਾਨ ਦੀ ਵਿਰੋਧਤਾ ਹੈ, ਜਿੰਨਾ ਚਿਰ ਇਹ ਗੁਰੂ ਨਾਨਕ ਪਾਤਸ਼ਾਹ ਦੇ ਘਰ ਨਾਲ ਉਹਦੀ ਵਿਰੋਧਤਾ ਰਹਿਣੀ, 500 ਸਾਲ ਹੋ ਗਿਆ ਅਜੇ ਤੱਕ ਚੱਲੀ ਆਉਂਦੀ ਹੈ, ਕਈ ਰਾਜ ਆਏ
साढ़े विरोध चाहे चंदू सी चाहे गंगू सी इन्होंने शासन कीतिया हूँ भी करनी सो साढ़े जिहड़ा गुरु नानक सच्चे पातशाह का घर है ये घर का ही जी खासियत न्यारापन है न्यारे लोगों नाल वैर हो जाता लोगों जेड़े सच्चाई हो सच ने सारी वैरी हो जाए इस करके साडे नाल वैर इन्हां दा तां ही होर कोई होर कोई गल विच अज ते अरदास बेनती है सिर्फ शुकराना महाराज का तो दीप की याद के अरदास बेनती है 19 तरीक नूं समागम जिहड़ा हो रहा अपना बुद्ध सिंह वाले पिंड शहीद भाई गुरजंट सिंह बुद्ध सिंह वाले नगर के उत्थे अमर संचार का भी प्रोग्राम है तो वैसे समागम है दीप की याद के क्योंकि अज परिवार ने समागम रखा सो असी बराबर से समागम रखना ठीक नहीं समझा कौम नूं एवें वंड के दो थावां दे उत्ते खजल करन दी जगह असी भी 19 नूं कर लिया सी समागम भाई साहब जी एक उन्हां दी जिहड़ी गर्लफ्रेंड सी रीना राय उहदे वल्लों एक लाइव हो के कहा गया कि भाई साहब होणा डीप सिद्धू होणा दा कोई एक्सीडेंट नहीं मतलब एक्सीडेंट होया सीगा कोई साजिश नहीं देखो उन्हां दे अपने विचार हो सकदे आ पर जायज लगदा है कि आपां नूं इह गल सोचणी वी इक बंदा जिहड़ा कौम दे हक्कां लई कौम दा आइडल बन जावे उहनूं एक्सीडेंटां नाल पहलां कदे होया नहीं इह कम्म हुंदे रहे आ सो कई बार शासन समझना औखा हुंदा उहनां दे अपने विचार हो सकदे पर साडा इह प्रतख मनना है ਇਹ ਜਿਹੜਾ ਵਾ ਸ਼ਹੀਦੀ ਠੀਕ ਹੈ।